आपको बता दें, यूथ सभा पंजाब बुलंद प्रेस क्लब श्री चमकौर साहिब ने अंतर्राष्ट्रीय मातृभाषा दिवस को समर्पित एक विशेष प्रयास में क्षेत्र के विभिन्न शैक्षणिक संस्थानों के सहयोग से तख्त श्री केसगढ़ साहिब आनंदपुर साहिब से एक गुरुमुखी चेतना मार्च आज जिला पठानकोट में पहुंचा, जिसके तहत जिला पठानकोट में अलग अलग स्थानों पर भव्य स्वागत किया गया। वहीं जिला पठानकोट के अंतर्गत आते परमानंद में भी प्रधान कुलदीप सिंह एवं उनके साथियों द्वारा पुष्प फूलों के साथ स्वागत किया गया। इस मौके पर क्लब अध्यक्ष अमरजीत सिंह कलसी ने जानकारी देते हुए बताया कि अंतर्राष्ट्रीय मातृभाषा दिवस को ध्यान में रखते हुए साइकिल मार्च शुरू किया गया है। संगठन अपने वित्त के अनुसार विभिन्न कार्यक्रम आयोजित करते हैं, जो एक खुशी की बात है। हालांकि ये आयोजन केवल खानापूर्ति बनकर रह जाते हैं, क्योंकि पंजाब में केवल शिक्षण संस्थानों का पंजाबी भाषा के प्रति उदासीन रवैया है। समाज के हर वर्ग में अपनी मातृभाषा के प्रति संवेदनशीलता पैदा करने के लिए एक विशेष प्रयास के तहत बुलंद प्रेस क्लब द्वारा गुरुमुखी चेतना मार्च का आयोजन किया गया है। जानकारी देते हुए अध्यक्ष अमरजीत सिंह कलसी ने बताया कि इस मार्च का मुख्य मेहमान सरदार बलविंदर सिंह हुसैनपुरी हरी झंडी दिखाकर रवाना किया था। उन्होंने कहा कि हमारा मुख्य उद्देश्य पंजाब में हमारी माँ बोली पंजाबी को जिंदा रखना है, ताकि पंजाब एवं पंजाब की विरासत को बचाया जा सके। पठानकोट से सोनू गुप्ता की रिपोर्ट, AMI News पंजाब। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਵਾਨ ਜੁਝਾਰ ਸਿੰਘ ਟਾਈਗਰ, ਸ਼੍ਰੀ ਚਮਕੌਰ ਸਾਹਿਬ। ਅੱਜ ਅਸੀਂ ਇੱਥੇ ਪਠਾਨਕੋਟ ਵਿਖੇ ਸਾਈਕਲ ਯਾਤਰਾ ਦੇ ਉੱਤੇ ਪਹੁੰਚੇ ਹਾਂ, ਜੋ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਔਰ ਪ੍ਰਸਾਰ ਦੇ ਲਈ ਹੈ। ਕਿਉਂਕਿ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਪੰਜਾਬੀ 3 ਨੰਬਰ 'ਤੇ ਪਹੁੰਚ ਚੁੱਕੀ ਹੈ। ਇਸਦਾ ਵਿੱਚ ਬਹੁਤ ਵੱਡਾ ਇੱਕ ਰੋਲ ਆਪਣੀ ਮਾਂ ਬੋਲੀ ਨੂੰ ਨਾ ਸਾਂਭਣ ਕਰਕੇ ਅਸੀਂ ਆਪਣਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਆਪਾਂ ਅਣਗਹਿਲੀ ਕਰ ਗਏ, ਉਹਦੇ ਕਰਕੇ ਹੋ ਗਿਆ। ਜਿਵੇਂ ਕਿ ਤੁਸੀਂ ਦੇਖਦੇ ਹੋ, ਸਭ ਤੋਂ ਪਹਿਲਾਂ ਸਾਡਾ ਕੀ ਕਹਿੰਦੇ ਰਾਜਧਾਨੀ ਸੀ ਜਿਹੜੀ, ਉਹ ਦਿੱਲੀ ਹੁੰਦੀ ਸੀ। ਉਸ ਤੋਂ ਬਾਅਦ ਉਹ ਖੋਈ ਗਈ ਸਾਤੋਂ, ਫਿਰ ਸਾਡੀ ਰਾਜਧਾਨੀ ਲਾਹੌਰ ਬਣੀ, ਸਾਤੋਂ ਉਹ ਵੀ ਖੋਲ੍ਹੀ ਗਈ। ਫਿਰ ਸਾਡੀ ਰਾਜਧਾਨੀ ਬਣੀ ਸ਼ਿਮਲਾ, ਸਾਡੇ ਤੋਂ ਉਹ ਵੀ ਖੋਲ੍ਹੀ ਗਈ। ਅਤੇ ਹੁਣ ਸਾਡੇ ਕੋਲ ਹੈ ਰਾਜਧਾਨੀ ਚੰਡੀਗੜ੍ਹ, ਉਹ ਵੀ ਖੋਣ ਦੀ ਕੋਸ਼ਿਸ਼ ਹੈ। ਕਿਉਂਕਿ ਜਦੋਂ ਸਾਡੀ ਬੋਲੀ ਹੀ ਸਾਡੇ ਕੋਲ ਨਹੀਂ ਹੈ, ਤਾਂ ਦੂਸਰੀਆਂ ਸਟੇਟਾਂ ਉਹਦੇ ਉੱਤੇ ਆਪਣਾ ਹੱਕ ਜਿਤਾ ਰਹੀਆਂ ਨੇ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਕਿ ਆਪਣੀ ਮਾਂ ਬੋਲੀ ਨੂੰ ਬਚਾਓ, ਜਿੰਨੇ ਆਪਾਂ ਇਸਦੇ ਉੱਪਰ ਕੰਮ ਕਰ ਸਕਦੇ ਹਾਂ ਵੱਧ ਤੋਂ ਵੱਧ ਕਰੋ। ਅਤੇ ਮਾਂ ਬੋਲੀ ਨੂੰ ਬਚਾਉਣ ਦੇ ਨਾਲ ਨਾਲ ਆਪਣੀ ਸਿਹਤ ਨੂੰ ਬਚਾਓ। ਇੱਕ ਪੰਜਾਬ ਨਸ਼ਿਆਂ ਦੇ ਵਿੱਚ ਗਰਕ ਹੈ। ਅੱਜ ਅਸੀਂ ਸਪੋਰਟਸਮੈਨ ਹੈ, ਅਸੀਂ ਭਲਵਾਨ ਹੈ, ਤਾਂ ਅਸੀਂ ਆਪਣੇ ਕੰਮ ਕਾਰ ਛੱਡ ਕੇ, ਆਪਣੀ ਗੇਮ ਛੱਡ ਕੇ ਅਸੀਂ ਸਾਈਕਲ ਮਾਰਚ ਦੇ ਇਸ ਲਈ ਨਾਲ ਜੁੜੇ ਹਾਂ ਕਿ ਅਸੀਂ ਪੰਜਾਬੀ ਮਾਂ ਬੋਲੀ ਦਾ ਹੋਕਾ ਦਿੰਦੇ ਹੋਏ ਨਾਲ ਦੀ ਨਾਲ ਅਸੀਂ ਨਸ਼ਾ ਵਿਰੁੱਧ ਵੀ ਪ੍ਰਚਾਰ ਕਰਦੇ ਜਾ ਰਹੇ ਹਾਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵਿੱਚ ਸਾਡਾ ਸਾਥ ਦਿਓ। ਅਤੇ ਜਦੋਂ ਅਸੀਂ ਇਸ ਮਾਰਚ ਦੇ ਵਿੱਚ ਆ ਰਹੇ ਸੀ, ਅਸੀਂ ਅਨੰਦਪੁਰ ਸਾਹਿਬ ਤੋਂ ਲੈ ਕੇ ਇੱਥੇ ਪਠਾਨਕੋਟ ਤੱਕ ਇੱਕ ਗੱਲ ਬਹੁਤ ਨੋਟ ਕੀਤੀ ਹੈ ਕਿ ਕਿਸੇ ਵੀ ਸ਼ਹਿਰ ਦੇ ਵਿੱਚ ਜਾਓ, ਉਹਨਾਂ ਦੀਆਂ ਨਗਰ ਕੌਂਸਲਾਂ ਜਿਹੜੀਆਂ ਨੇ, ਉਹਨਾਂ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੋਈ ਹੈ। ਗਲਤੀ ਜਾਂ ਕਹਿ ਲਓ ਜਾਂ ਅਣਗਹਿਲੀ ਕੀਤੀ ਹੋਈ ਹੈ ਕਿ ਪੰਜਾਬੀ ਬੋਲੀ 3 ਨੰਬਰ 'ਤੇ ਲਿਖੀ ਹੋਈ ਹੈ ਹਰ ਜਗ੍ਹਾ 'ਤੇ। ਸਾਡੇ ਕੋਲ ਉਹਦੇ ਸ਼ੋਟ ਵੀ ਅਸੀਂ ਫੋਟੋਆਂ ਵੀ ਖਿੱਚੀਆਂ, ਉਹਦੀਆਂ ਵੀਡੀਓ ਵੀ ਬਣਾਈਆਂ ਕਿ ਇਹ ਤਰਾਸਦੀ ਹੈ। ਅਤੇ ਦੂਸਰੀ ਵੱਡੀ ਗੱਲ, ਜੋ ਅਸੀਂ ਇਹ ਮਾਰਚ ਕੱਢ ਰਹੇ ਹਾਂ, ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਨਹੀਂ ਹੈਗੀ, ਇਹ ਸਾਨੂੰ ਲਾਹਨਤ ਹੈ। ਅਗਰ ਅਸੀਂ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਆਪਣੀ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰੀਏ, ਤਾਂ ਅਸੀਂ ਉਹਨੂੰ ਮਾਣ ਮਹਿਸੂਸ ਕਰਾਂਗੇ ਕਿ ਅਸੀਂ ਕਿਤੇ ਹੋਰ ਅਸੀਂ ਵਾਧਾ ਕਰ ਰਹੇ ਹਾਂ। ਲੇਕਿਨ ਅਸੀਂ ਆਪਣੇ ਰਾਜ ਦੇ ਵਿੱਚ ਹੀ
ਮਾਂ ਬੋਲੀ ਦਾ ਪ੍ਰਚਾਰ ਕਰ ਰਹੇ ਹਾਂ ਤਾਂ ਇਹ ਸਾਡੇ ਲਈ ਲਾਹਣਤ ਹੈ, ਕਿਉਂਕਿ ਅਸੀਂ ਆਪਣੇ ਘਰ ਵਿੱਚ ਹੀ ਆਪਣੀ ਮਾਂ ਨੂੰ ਮਤਰੇਈ ਮਾਂ ਕਰਤਾ। ਚਾਚੀਆਂ, ਤਾਈਆਂ, ਭੂਆ, ਮਾਸੀਆਂ, ਮਾਮੀਆਂ ਸਭ ਹੁੰਦੀਆਂ ਨੇ, ਪਰ ਮਾਂ ਮਾਂ ਹੁੰਦੀ ਹੈ। ਆਪਣੀ ਮਾਂ ਬੋਲੀ ਨੂੰ ਬਚਾਓ। ਇੰਨਾ ਹੀ ਕਹਿ ਕੇ ਧੰਨਵਾਦ। ਅੱਜ ਨੌਜਵਾਨ ਸਭਾ ਪੰਜਾਬ ਅਤੇ ਪ੍ਰੈਸ ਕਲੱਬ ਚਮਕੌਰ ਸਾਹਿਬ ਦੇ ਨੌਜਵਾਨ ਜਿਹੜੇ ਆ ਉਹ ਮਤਲਬ ਸਾਡੇ ਹਲਕਾ ਭੂਆ ਵਿੱਚ ਪਹੁੰਚੇ ਨੇ, ਅਤੇ ਇਹ ਨੌਜਵਾਨ ਜਿਹੜੇ ਉਹ ਸਾਈਕਲ ਯਾਤਰਾ ਦੇ ਮਤਲਬ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਪੂਰੇ ਪੰਜਾਬ ਦੇ ਵਿੱਚ ਹੈ ਨਾ, ਅਤੇ ਇਹਦਾ ਬਹੁਤ ਮਤਲਬ ਵਧੀਆ ਉਪਰਾਲਾ। ਅਤੇ ਅਸੀਂ ਵੀ ਚਲੋ ਅਪੀਲ ਕਰਦੇ ਹਾਂ ਕਿ ਚਲੋ ਸਾਰਿਆਂ ਨੂੰ ਰਲ ਮਿਲ ਕੇ ਇਹਦਾ ਸਾਥ ਦੇਣਾ ਚਾਹੀਦਾ, ਤਾਂ ਜੋ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਏ, ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਸਾਰੇ ਰਲ ਮਿਲ ਕੇ ਪੰਜਾਬੀ ਨੂੰ ਪ੍ਰਫੁੱਲਿਤ ਕਰੀਏ ਔਰ ਪੰਜਾਬੀ ਦੇ ਵਿੱਚ ਹੀ ਹਰ ਇੱਕ ਮਤਲਬ ਜੋ ਵੀ ਆਫਿਸ ਵਰਕ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਾਰ ਆ ਉਹ ਅਸੀਂ ਪਹਿਲ ਪੰਜਾਬੀ ਨੂੰ ਦੇਈਏ। ਤੋ ਮੈਂ ਇਹਦਾ ਧੰਨਵਾਦ ਕਰਦਾ ਕਿ ਸਾਡੇ ਭੋਏ ਹਲਕੇ ਦੇ ਵਿੱਚ ਆਏ ਨਾ ਇਹ, ਅਤੇ ਮੇਰੇ ਵੱਲੋਂ ਮੇਰੇ ਪ੍ਰੈਸ ਭਾਈਆਂ ਵੱਲੋਂ ਇਹਦਾ ਬਹੁਤ ਬਹੁਤ ਧੰਨਵਾਦ। ਇਹ ਯਾਤਰਾ ਜਿਹੜੀ ਚੱਲ ਕੇ ਆਈ ਆ ਔਰ ਕਿੱਧਰ ਨੂੰ ਜਾ ਰਹੀ ਹੈ ਔਰ ਮੇਨ ਮਕਸਦ ਕੀ ਹੈ ਜੀ? ਵੀਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼੍ਰੀ ਚਮਕੌਰ ਸਾਹਿਬ ਤੋਂ ਕਹਿੰਦਾ ਵਾ ਤੁਰੇ ਸੀ, ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਹੜੀ ਇਹ ਯਾਤਰਾ ਰਵਾਨਾ ਹੋਈ ਹੈ ਜੀ, ਅਤੇ ਵੱਖ ਵੱਖ ਜ਼ਿਲ੍ਹਿਆਂ 'ਚ ਹੁੰਦੀ ਹੋਈ, ਸਭ ਤੋਂ ਪਹਿਲਾਂ ਨਵਾਂਸ਼ਹਿਰ, ਫਗਵਾੜਾ, ਫਗਵਾੜੇ ਤੋਂ ਹੁੰਦੀ ਹੋਈ ਹੁਸ਼ਿਆਰਪੁਰ, ਅਤੇ ਹੁਣ ਅੱਜ ਸਾਡੀ ਜਿਹੜੀ ਸਟੇਅ ਹੈ ਜੀ ਰਾਤ ਦੀ ਉਹ ਦੀਨਾਨਗਰ ਆ, ਅਤੇ ਪੰਜਾਬ ਦੇ 23 ਜ਼ਿਲ੍ਹਿਆਂ ਨੂੰ ਕਵਰ ਕਰਦੀ ਹੋਈ 21 ਫਰਵਰੀ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸਮਾਪਤ ਹੋਊਗੀ। ਅਤੇ ਜਿੱਥੇ 21 ਫਰਵਰੀ ਪੰਜਾਬੀਆਂ ਦਾ ਉਹ ਮਹਾਨ ਦਿਨ ਆ ਜਿੱਥੇ ਪੰਜਾਬੀ ਮਾਂ ਬੋਲੀ ਲਈ ਇਹ ਜੂ ਇੰਨੇ ਕਿ ਨਹੀਂ ਤੋਂ ਫਿਕਸ ਕੀਤੀ ਹੋਈ ਡੇਟ ਹੈ ਜੀ 21 ਫਰਵਰੀ, ਜੋ ਕਿ ਪੰਜਾਬੀ ਮਾਂ ਬੋਲੀ ਲਈ ਆ। ਅਤੇ ਇਹ ਜਿਹੜੀ ਚੇਤਨਾ ਮਾਰਚ ਆ, ਗੁਰਮੁਖੀ ਚੇਤਨਾ ਮਾਰਚ ਪੰਜਾਬੀ ਮਾਂ ਬੋਲੀ ਭਾਸ਼ਾ ਦੇ ਲਈ ਹੈਗਾ, ਕਿਉਂਕਿ 21 ਫਰਵਰੀ ਦਾ ਜਿਹੜੇ ਯੂਥ ਦੇ ਬੱਚੇ ਆ, ਜਿਹੜੀ ਨਵੀਂ ਪੀੜ੍ਹੀ ਆ, ਉਹਨੂੰ ਨਹੀਂ ਪਤਾ 21 ਫਰਵਰੀ ਨੂੰ ਕੀ ਹੁੰਦਾ। ਉਹਨੂੰ ਅਸੀਂ ਕਹਿੰਦਾ ਜਾਗਰਿਤ ਕਰਨ ਲਈ ਵੀ 21 ਫਰਵਰੀ ਨੂੰ ਆਪਣਾ ਪੰਜਾਬੀ ਮਾਂ ਬੋਲੀ ਜਿਹੜਾ ਦਿਨ ਹੁੰਦਾ ਮਾਤ ਭਾਸ਼ਾ ਦਾ, ਉਹਨੂੰ ਅਸੀਂ ਜਾਗਰਿਤ ਕਰਨ ਲਈ 25 ਦਿਨਾਂ ਦਾ ਜਿਹੜਾ ਇਹ ਸਾਈਕਲ ਕਹਿੰਦਾ ਸਾਈਕਲ ਰੂਟ ਹੈਗਾ ਜੀ, ਜੋ ਕਿ ਵੱਖ ਵੱਖ ਜ਼ਿਲ੍ਹਿਆਂ 'ਚ ਨੂੰ ਹੁੰਦਾ ਹੋਇਆ 21 ਫਰਵਰੀ ਨੂੰ ਪੰਜਾਬ ਦੀ ਰਾਜਧਾਨੀ ਵਿਖੇ ਪਹੁੰਚੇਗਾ, ਜਿੱਥੇ ਪੰਜਾਬ ਕਲਾ ਭਵਨ ਦੇ ਵਿੱਚ ਸਾਰੇ ਵੀਰਾਂ ਦਾ ਸਵਾਗਤ ਵੀ ਕੀਤਾ ਜਾਊਗਾ, ਅਤੇ ਨਾਲ ਦੀ ਨਾਲ ਜਿੰਨੇ ਸਾਡੇ ਨਾਲ ਸਾਈਕਲ ਚਲਾ ਰਹੇ ਨੇ ਪੱਕੇ ਤੌਰ 'ਤੇ ਨੌਜਵਾਨ, ਉਹਨਾਂ ਸਾਰਿਆਂ ਨੂੰ ਸਨਮਾਨਿਤ ਵੀ ਕੀਤਾ ਜਾਊਗਾ ਜੀ। ਅਦਵਿਕਾ ਕੀ ਸਾਲ ਕੀ ਸਭ ਸੇ ਬੜੀ ਬੋਕਸਿੰਗ ਡੇ ਸੇਲ ਮੇ ਆਏ ਔਰ 70% ਤੱਕ ਡਿਸਕਾਊਂਟ ਪਾਏ। ਲੇਡੀ ਸੂਟਸ, ਲਹਿੰਗਾਸ, ਗਾਊਨਸ, ਸ਼ਾਲਸ, ਗਰਮ ਸੂਟ ਔਰ ਜੈਂਟਸ ਲੋਈਸ। ਐਡਰੈਸ: A3 ਪਟੇਲ ਚੌਂਕ, ਪਠਾਨਕੋਟ, ਗੁਰਦਾਸਪੁਰ, ਬਾਟਾ ਚੌਂਕ, ਸਾਹੂਵਾਲੀਆ ਕੰਪਲੈਕਸ, ਚਰਚ ਕੇ ਨਜ਼ਦੀਕ। ਕਹੀਂ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ? ਜੀ ਹਾਂ, ਨਵਿਆ ਲੇਕਰ ਆਇਆ ਹੈ ਡਿਜ਼ਾਈਨਰ ਸੂਟਸ, ਕੁਰਤੀਜ਼ ਔਰ ਫੈਬਰਿਕਸ। ਸਬਸੇ ਸਸਤਾ, ਸਬਸੇ ਅੱਛਾ, ਡਿਫੈਂਸ ਰੋਡ, ਮਮੂਲ, ਪਠਾਨਕੋਟ। ਕੰਟੈਕਟ 9614196141।